ਨਮਸਕਾਰ ਖਬਰਾਂ ਦੇ ਸਬਲਟ ਨੂੰ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਭਾਰਤ ਨੇ ਆਪਣੀ ਰਣਨੀਤੀ ਵਿੱਚ ਗਰੀਬਾਂ ਨੂੰ ਸਰਵੋਤਮ ਪਹਿਲ ਦਿੱਤੀ। ਅੱਜ ਮੱਧ ਪ੍ਰਦੇਸ਼ ਦੇ ਗਰੀਬ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨੁਯੋਜਨਾ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਮਗਰੋਂ ਆਪਣੇ ਸਮੋਦਨ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨੁਯੋਜਨਾ ਹੋਵੇ ਜਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਯੋਜਨਾ ਪਹਿਲੇ ਦਿਨ ਤੋਂ ਹੀ ਗਰੀਬਾਂ ਤੇ ਕਾਮਿਆਂ ਦੇ ਭੋਜਨ ਅਤੇ ਰੋਜ਼ਗਾਰ ਦੀ ਚਿੰਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਈ ਸਵਾ ਛਾਲ ਦੇਸ਼ ਦੇ 80 ਕਰੋੜ ਤੋਂ ਵੱਧ ਗਰੀਬ ਲੋਕਾਂ ਦੇ ਘਰ ਮੁਫਤ ਰਾਸ਼ਨ ਪਹੁੰਚਾਇਆ ਜਾ ਕਿ ਕਰੋਨਾ ਵਰਗੀ ਆਫਤ ਪਹਿਲ ਜਾਂ ਵਿਸ਼ੇ ਵਿੱਚ ਕਦੇ ਨਹੀਂ ਵੇਖੀ ਗਈ ਉਹਨਾਂ ਕਹਿੰਦੇ ਕਿ ਐਨਡੀਆਰਐਫ ਹੋਵੇ ਜਾਂ ਕੇਂਦਰੀ ਬਲ ਜਾਂ ਹਵਾਈ ਸੈਨਾ ਦੇ ਜਵਾਨ ਸਾਰਿਆਂ ਨੇ ਕਰੋਨਾ ਕਾਲ ਦੌਰਾਨ ਹਰ ਤਰੀਕੇ ਨਾਲ ਮਦਦ ਕੀਤੀ ਉਹਨਾਂ ਕਹਿੰਦੇ ਕਿ ਸਥਿਤੀ ਨਾਲ ਨਜਿੱਠਣ ਲਈ ਪੂਰਾ ਸੂਬਾ ਸਰਕਾਰਾਂ ਨੂੰ ਵੀ ਜੋ ਵੀ ਕੋਈ ਜਰੂਰਤ ਹੈ ਉਹ ਉਹਨਾਂ ਨੂੰ ਕੇਂਦਰੋਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੁਣੌਤੀ ਜਿੰਨੀ ਵੀ ਵੱਡੀ ਹੋਵੇ ਪਰ ਜਦ ਦੇਸ਼ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਦਾ ਹੈ ਤੇ ਰਸਤੇ ਵੀ ਨਿਕਲ ਜਾਂਦੇ ਨੇ ਭਾਰਤ ਨੇ ਕਰੋਨਾ ਵਿਰੁੱਧ ਜੰਗ ਇਕਜੁੱਟ ਹੋ ਕੇ ਲੜੀ ਅਤੇ ਸਾਨੂੰ ਇਸ ਵਿੱਚ ਸਫਲਤਾ ਮਿਲੀ ਉਹਨਾਂ ਨੇ ਕਿਹਾ ਕਿ ਕਰੋਨਾ ਕਾਰਨ ਲੱਗੇ ਲਾਕਡਾਊਨ ਦੌਰਾਨ ਗਰੀਬ ਲੋਕਾਂ ਨੂੰ ਸਿਰਫ ਕਣਕ ਚੌਲ ਅਤੇ ਦਾਲ ਹੀ ਉਪਲਬਧ ਨਹੀਂ ਕਰਵਾਈ ਗਈ ਸਗੋਂ 8 ਕਰੋੜ ਲੋਕਾਂ ਨੂੰ ਗੈਸ ਸਿਲੰਡਰ ਵੀ ਮੁਫਤ ਦਿੱਤੇ ਗਏ ਇਸ ਤੋਂ ਇਲਾਵਾ ਕੋਈ 20 ਕਰੋੜ ਲੋਕਾਂ ਦੇ ਜਨ ਤਨਖਾਤਾ ਵਿੱਚ ਲਗਭਗ 30000 ਕਰੋੜ ਰੁਪਏ ਦੇ ਕੈਸ਼ ਸਿੱਧੇ ਟਰਾਂਸਫਰ ਕੀਤੇ ਗਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਨਾਂ ਸਾਰੇ ਪ੍ਰਬੰਧਾਂ ਦੇ ਨਾਲ ਨਾਲ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਤੇ ਪੂਰਾ ਜ਼ੋਰ ਲਗਾਇਆ ਇਹ ਕਾਰਨ ਹੈ ਕਿ ਅੱਜ ਦੇਸ਼ ਕੋਲ ਆਪਣੀ ਵੈਕਸੀਨ ਹੈ ਉਹਨਾਂ ਨੇ ਕਿਹਾ ਕਿ ਇਹ ਵੈਕਸੀਨ ਅਸਰਦਾਰ ਹੈ ਅਤੇ ਸੁਰੱਖਿਤ ਵੀ ਹੈ ਭਾਰਤ ਨੇ ਜੌਨਸਨ ਐਂਡ ਜੌਨਸਨ ਦੇ ਸਿੰਗਲ ਡੋਸ ਕਰੋਨਾ ਵੈਕਸੀਨ ਦੇ ਭਾਰਤ ਵਿੱਚ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲੋਂ ਭਾਰਤ ਵਿੱਚ ਲਗਾਏ ਜਾਣ ਵਾਲੇ ਕਰੋਨਾ ਟੀਕਿਆਂ ਦੀ ਗਿਣਤੀ 5 ਹੋ ਗਈ ਹੈ ਆਪਨੇ ਇੱਕ ਟਵੀਟ ਵਿੱਚ ਕੇਂਦਰੀ ਸਿਹਤ ਮੰਤਰੀ ਮਨੋਸ਼ ਕੁਮਾਰਡਵਿਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਕੋਵਿਡ-19 ਵਿਰੁੱਧ ਸਮੂਹਿਕ ਲੜਾਈ ਨੂੰ ਹੋਰ ਹਲਾਸ਼ੇਰੀ ਮਿਲੇਗੀ ਉਪ ਰਾਸ਼ਟਰਪਤੀ ਐਮ.ਕੇ. ਨਾੜੋ ਨੇ ਹਾਕੀ ਵਰਗੀਆਂ ਰਵਾਇਤੀ ਭਾਰਤੀ ਖੇਡਾਂ ਦੀ ਸ਼ਾਨ ਮੁੜ ਬਹਾਲ ਕਰਨ ਦਾ ਸੱਦਾ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਸਮਾਜਿਕ ਕਾਰਜਕਰਤਾ ਅਤੇ ਰਾਸ਼ਟਵਾਦੀ ਸ਼ਖਸੀਅਤ ਚੰਨ ਲਾਲ ਦੀ ਯਾਦ ਵਿੱਚ ਡਾਰਗ ਟਿਕਟ ਜਾਰੀ ਕਰਨ ਮੌਕੇ ਉਪਰਾਸ਼ਟਪਤੀ ਨੇ ਸੂਬਾ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਅਜਿਹਿਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੀ ਟੋਕੀਓ 올림픽 ਵਿੱਚ کارਗੁਜ਼ਾਰੀ ਨੇ ਇਨ੍ਹਾਂ ਖੇਡਾਂ ਵਿੱਚ ਦਿਲਚਸਪੀ ਮੁਰਜਾਈਏ। ਹਾਤੇ ਹੁਣ ਸਮਾਂ ਆ ਗਿਆ ਹੈ ਕਿ ਹਾਕੀ ਤੇ ਕਬੱਡੀ ਵਰਗੀਆਂ ਰਵਾਇਤੀ ਭਾਰਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾਵੇ। ਉਪਰਾਸ਼ਟਪਤੀ ਨੇ ਹਾਕੀ ਲਈ ਮੂਲ ਟਾਂਚੇ ਨੂੰ ਮਜ਼ਬੂਤ ਕਰਨ ਲਈ ਆਖਿਆ। ਉਹਨਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਟਰਫ ਦੇ ਨਾਲ ਨਾਲ ਹੇਠਲੇ ਪੱਧਰ ਤੇ ਸਿਖਲਾਈ ਅਤੇ ਕੋਚਿੰਗ ਬਹੁਤ ਜ਼ਰ ਹਮਨ ਕਈਆਂ ਨੇ ਅੱਜ ਦੇ ਸਰਕਾਰ ਵੱਲੋਂ ਭਾਰਤੀ ਖੇਡਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਛਲਾਗਾ ਕੀਤੀ ਉਪਰਾਸ਼ਪਿਤ ਨੇ ਕਿਹਾ ਕਿ ਸਾਨੂੰ ਅੱਖਾਂ ਮੀਚੀ ਦੂਜਿਆਂ ਦੀ ਨਕਲ ਕਰਨ ਵਾਲੀ ਗੁਲਾਮੀ ਵਾਲੀ ਮਾਨਸਿਕਤਾ ਤਿਆਗਣੀ ਚਾਹੀਦੀ ਏ ਅਤੇ ਆਪਣੀ ਪਰੰਪਰਾ ਅਤੇ ਸੱਭਿਆਚਾਰ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਏ ਉਹਨਾਂ ਨੇ ਕਿਹਾ ਕਿ ਭਾਰਤੀ ਵਿੱਚ ਹਰ ਖੇਤ ਦੇ ਵਿੱਚ ਵਿਰਾਸਤੀ ਤੌਰ ਤੇ ਕਾਬਲੀਅਤ ਅਤੇ ਜੇ ਲੋੜੇ ਤਾਂ ਸਿਰਫ ਇਸ ਕਾਬਲੀਅਤ ਨੂੰ ਹੋਰ ਨਿਖਾਰਨ ਦੀ ਉਹ ਗੈਸ ਮਾਰਸੇ ਵੀ ਚੰਨ ਲਾਲ ਨੂੰ ਸ਼ਰਧਾਂਜਲੀ ਪੇਟ ਕਰਦੇ ਹੋ ਪਰ ਆਸ਼ਪਤ ਨੇ ਕਿਹਾ ਕਿ ਉਹਨਾਂ ਆਪਣੀ ਸਾਰੀ ਜ਼ਿੰਦਗੀ ਦੇਸ਼ ਅਤੇ ਇੱਥੋਂ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਵਿੱਚ ਲਗਾ ਦਿੱਤੀ ਉਹਨਾਂ ਚੰਨ ਲਾਲ ਨੂੰ ਇੱਕ ਮਹਾਨ ਰਾਸ਼ਟਵਾਦੀ ਅਤੇ ਦੂਰ ਦ੍ਰਿਸ਼ਟੀ ਵਾਲੇ ਚਿੰਤਕ ਘਰਾੜ ਦਿੱਤਾ ਉਹਨਾਂ ਕਿਹਾ ਕਿ 1942 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ ਐਸ ਸੀ ਵਿੱਚ 골ਡ ਮੈਡਲ ਪ੍ਰਾਪਤ ਕਰਨ ਦੇ ਬਾਵਜੂਦ ਚੰਨ ਲਾਲ ਨੇ ਲੋਕ ਸੇਵਾ ਦਾ ਰਸਤਾ ਚੁਣਿਆ ਚੰਨ ਲਾਲ ਨੇ ਲੋਕ ਸੇਵਾ ਵਿੱਚ ਅਧਿਆਤਮਿਕਤਾ ਨਜ਼ਰੀ ਉਹ ਪ੍ਰਾਸਪਤ ਨੇ ਨਿੱਜੀ ਹੱਕਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਵਿਚਾਲੇ ਸੰਤੁਲਨ ਬਿਠਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੱਲ ਧਿਆਨ ਦਿੱਤੇ ਬਿਨਾਂ ਅਧਿਕਾਰਾਂ ਤੇ ਜ਼ੋਰ ਦੇਣ ਨਾਲ ਸਮਾਜਿਕ ਸੰਤੁਲਨ ਖਰਾਬ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਧਰਮ ਤੇ ਸਬਰਚਾਰ ਸਾਨੂੰ ਬਿਨਾਂ ਸਵਾਰਥ ਦੂਜਿਆਂ ਦਾ ਭਲਾ ਕਰਨਾ ਹੀ ਸਿਖਾਉਂਦਾ ਹੈ ਟੋਕੀਓ 올림픽 ਵਿੱਚ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ 65 ਕਿਲੋ ਭਾਰ ਵਰਗ ਵਿੱਚ ਫਰੀ ਸਟਾਈਲ ਕੁਸ਼ਤੀ ਵਿੱਚ ਦੇਸ਼ ਵਾਸਤੇ ਕਾਂਸੇ ਦਾ ਮੈਡਲ ਜਿੱਤ ਲਿਆ ਉਹਨਾਂ ਅੱਜ ਦੇ ਮੁਕਾਬਲੇ ਦੌਰਾਨ ਕਜ਼ਾਕਿਸਤਾਨ ਦੇ ਦੌਲਤ ਨਿਆਜ਼ਦਬੇ ਕੁਬੂਵ ਨੂੰ 8-0 ਨਾਲ ਹਰਾਇਆ। ਇਸ ਖਬਰ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਕੋਸ਼ਤੀ ਵਿੱਚ ਭਾਰਤ ਦਾ ਇਹ ਦੂਜਾ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤੀ ਅਦਿੱਤੀ ਅਸ਼ੋਕ 골ਫ ਦੇ ਵਿਅਕਤੀਗਤ ਸਟ੍ਰੋਕ ਪਲੇ ਵਿੱਚ ਮੈਡਲ ਜਿੱਤਣ ਵਿੱਚ ناکਾਮ ਰਹੀ। ਉਹਨਾਂ ਨੇ ਚੌਥਾ ਸਥਾਨ ਹਾਸਲ ਕੀਤਾ। ਬੀਤੇ ਦਿਨ ਅਦਿੱਤੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਡਲ ਲਈ ਆਪਣੀ ਦਾਅਵੇਦਾਰੀ ਦੀ ਪੇਸ਼ਕਸ਼ ਕੀਤੀ ਸੀ। ਹੁਣ ਤੱਕ ਭਾਰਤ ਨੇ ਟੋਕੀਓ 올림픽 ਖੇਡਾਂ ਵਿੱਚ ਦੋ ਚਾਂਦੀ ਅਤੇ ਚਾਰ ਕਾਂਸੀ ਦੇ ਮੈਡਲਾਂ ਸਮੇਤ ਕੁੱਲ 6 ਮੈਡਲ ਜਿੱਤੇ ਨੇ। ਖਬਰਾਂ ਤੇ ਬਲਟਨ ਸਾਡੇ ਦਰਸ਼ਕ RNU DD ਕੇ ਜਲੰਧ ਦੇ YouTube ਚੈਨਲ Facebook ਤੇ Twitter handle page ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਅੱਗੇ ਦਿਓ ਨਮਸਕਾਰ